ਨਾਲ ਉਹਨਾਂ ਦੇ ਬ੍ਰਦਰ ਮੋਹਨ ਸਿੰਘ ਜੀ ਢੇਸੀ ਕੈਨੇਡੀਅਨ ਨੇ ਬਾਰੀ ਕਰਕੇ ਮੈਂ ਵੀਰਾਂ ਨੂੰ ਬੇਨਤੀ ਕਰੂੰ ਕਿ ਜੇ ਮੇਰੀ ਗੱਲ ਦਾ ਕੋਈ ਇਤਰਾਜ਼ ਨਾ ਮੰਨਿਓ, ਗੁੱਸਾ ਨਾ ਕਰਿਓ, ਜਿੱਥੇ ਜਿੱਥੇ ਆ ਰਹੇ ਹੋ ਨਹੀਂ 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 ਵੀਰਾਂ ਨਹੀਂ ਚਾਚਾ ਜੀ ਕਿਉਂ ਦਿਓ ਸਕੋਪੀ ਜੀ ਨੂੰ ਬੇਨਤੀ ਕਰਦਾ ਕਿ ਬੜੀ ਪਿੱਛੇ ਹੋ ਸਾਰੇ ਆ ਨਹੀਂ ਬਾਈ ਨਹੀਂ ਹਿਲਣ ਜਾਈਦੀ ਕੁਲਵੀਰ ਕਹੀ ਮਾਂ ਇਸ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਢੇਸੀ ਸਾਨਾ ਮਨਜੀਤ ਸਿੰਘ ਜੀ ਢੇਸੀ ਵੈਰੀ ਗੁੱਡ ਲਓ ਜੀ ਮਾਸਟਰ ਜੀ ਪੰਜਾਬ ਦੀ ਇਤਿਹਾਸਕ ਸਿੰਝ ਪਿੰਡ ਰੂਪੋਵਾਲ ਦਾ ਇਤਿਹਾਸਕ ਕੁਸ਼ਤੀ ਫਾਈਨਲ ਦੀ ਛਿੰਝਾ ਵਿੱਚੋਂ ਛਿੰਝ ਸੁਣੀ ਦੀ ਛਿੰਝ ਸੁਣੀ ਓਏ ਬੱਲੇ 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 ਦੱਸਾਂ ਵੱਡੀ ਪ੍ਰਤਿਭਾਲ ਲਓ ਬਈ ਖੜੱਪਿਆਂ ਦੇ ਖੜੱਪੇ ਦਾ ਮੇਲ ਆ ਮੈਂ ਸਮਝਦਾ ਹਾਂ ਇੱਦਾਂ ਦੀ ਵਧੀਆ ਕੁਸ਼ਤੀ ਕਿਤੇ ਨਹੀਂ ਹੋਣੀ ਜੇਕਰ ਇਹ ਕੁਸ਼ਤੀ ਮਹਾਰਾਸ਼ਟਰ ਜਾਂ ਰਾਜਸਥਾਨ 'ਚ ਹੁੰਦੀ ਹਜ਼ਾਰ ਰੁਪਈਆ ਟਿਕਟ ਲੱਗਦਾ ਦੇਖਣ ਨੂੰ ਗਹਿਲ ਮਜ਼ਾਰੀ ਸ਼ਾਨ ਦੰਗਲਾਂ ਦੀ ਬਣਦੇ ਕਿ ਮਿਹਨਤਾਂ ਦੇ ਨਾਲ ਯਾਰੋ ਸੀਨੇ ਸਦਾ ਤੰਦੇ ਸੀਨੇ ਸਦਾ ਤੰਦੇ ਕਹਿੰਦੇ ਸਵਾਦ ਆਇਆ ਪਿਆ ਦਰਸ਼ਕ ਟਕੋ ਟਕੀ ਖੜੇ ਬਹੁਤ ਬਹੁਤ ਧੰਨਵਾਦ ਸਮੁੱਚੀ ਦੰਗਲ ਕਮੇਟੀ ਦਾ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਗੱਭਰੂਆਂ ਦਰਮਿਆਨ ਹੈ ਵਾਹ ਬਈ ਵਾਹ ਕਹਿੰਦਾ ਰੱਸੇ ਅੰਮੀ ਦੀ ਚੂਰੀ ਦਾ ਬਾਪੂ ਕੁੱਟ ਬਦਾਮ ਖਵਾਉਂਦਾ ਭੈਣ ਦੁੱਧ ਪਿਆਉਂਦੀ ਏ ਮਾਲਸ ਛੋਟੇ ਤੋਂ ਕਰਵਾਉਂਦਾ ਬੰਮਿਆਂ ਤੱਕ ਵਿੱਚ ਮੈਦਾਨਾਂ ਦੇ ਕੇ ਮੁੰਡਾ ਵੱਖਰੇ ਯਾਰ ਦਿਖਾਉਂਦਾ ਕੇ ਮੁੰਡਾ ਵੱਖਰੇ ਯਾਰ ਦਿਖਾਉਂਦਾ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਜ਼ੋਰ ਤਾਂ ਲੱਗਿਆ ਹੋਇਆ ਡੇਰਾ ਬਣਾ ਲਿਓ ਮਾਸਟਰ ਬਹੁਤੀ ਡਾਕਟਰ ਸੁਖਦੇਵ ਸਿੰਘ ਨੇ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਸਮੇਂ ਦੀ ਬਾਤ ਸਮੇਂ ਦੀ ਬਾਤ ਸਮੇਂ ਦੀ ਬਾਤ ਹੈ ਕੌਣ ਜਿੱਤਦਾ ਕੌਣ ਹਾਰਦਾ ਬਾਬਲ ਬੱਲੇ 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 ਉਹ ਕੌਣ ਜਿੱਤਿਆ ਹੈ ਕੌਣ ਜਿੱਤਿਆ ਕੌਣ ਜਿੱਤਿਆ ਉੱਧਰ ਵੀ ਬੱਲੇ ਬੱਲੇ ਇੱਧਰ ਵੀ ਬੱਲੇ ਬੱਲੇ ਹਾਂ ਧਰਮਿੰਦਰ ਉੱਧਰ ਚੱਲ ਹਜੇ ਨਹੀਂ ਹੋਈ ਵੀ ਹਜੇ ਨਹੀਂ ਹੋਈ ਸਾਡੇ ਮਾਨ ਸਾਹਿਬ ਭੁਗਲ ਸਾਹਿਬ ਕਹਿੰਦੇ ਵੀ ਕੁਸ਼ਤੀ ਨਹੀਂ ਹੋਈ ਬਾਹਰੋਂ ਸੰਗਤ ਵੀ ਕਹਿੰਦੀ ਕੁਸ਼ਤੀ ਨਹੀਂ ਹੋਈ ਦੁਬਾਰਾ ਕੁਸ਼ਤੀ ਸ਼ੁਰੂ ਹੋਣ ਲੱਗੀ ਤੁਹਾਡੀ ਜ਼ੋਰਦਾਰ ਮਾਰ ਦਿਓ ਕੁਸ਼ਤੀ ਦੇ ਲਈ ਦੋ ਨੰਬਰ ਦੀ ਕੁਸ਼ਤੀ ਚੱਲਦੀ ਹੈ ਉੱਧਰ ਯੁੱਧ ਚੱਲਦਾ ਸਾਨਾਂ ਦੇ ਭੇਡ ਵਾਲੀ ਗੱਲ ਹੈ ਜੱਸਾ ਪੱਟੀ ਤੇ ਪ੍ਰਿਤਪਾਲ ਫਗਵਾੜੇ ਦੇ ਦਰਮਿਆਨ ਤਾੜੀ ਜ਼ੋਰਦਾਰ ਮਾਰ ਦਿਓ ਬਾਈ ਬਾਹਰ ਭਾਜੀ ਬਾਈ ਕੈਮਰੇ ਵਾਲਿਓ ਉਹਨਾਂ ਦੇ ਸਪੋਰਟਰ ਦਾ ਬੈਠੋ ਯਾਰ ਭਾਜੀ ਪਲੀਜ਼ ਹੈਲੋ ਪ੍ਰਧਾਨ ਜੀ ਬਈ ਬੇਨਤੀ ਆ ਮੇਰੇ ਵੀਰ ਸਾਰੇ ਕੈਮਰੇ ਬਾਰੇ ਵੀ ਬਾਹਰ ਹੋ ਜਾਓ ਜਿਹੜੇ ਨਹੀਂ ਕੈਮਰੇ ਚਲਾ ਰਹੇ ਉਹਨਾਂ ਨੂੰ ਨਹੀਂ ਇਹ ਕਮੇਟੀ ਦੇ ਵੱਲੋਂ ਬੇਨਤੀ ਆ ਵੀ ਬਿਲਕੁਲ ਪਿਆਰ ਦੇ ਨਾਲ ਆਪਾਂ ਕੁਸ਼ਤੀ ਲੜਨੀ ਆ ਜੇ ਕੁਸ਼ਤੀ ਵਧੀਆ ਲੱਗ ਰਹੀ ਤਾੜੀ ਜ਼ੋਰਦਾਰ ਮਾਰ ਦੀ ਇੱਕ ਵਾਰ ਇੱਕ ਮਿੰਟ ਪ੍ਰਿਤਪਾਲ ਇੱਕ ਮਿੰਟ ਭਲਾ ਜੀ ਧਿਆਨ ਦਿਓ ਬਈ ਆਉਂਦਾ ਸਵਾਦ ਦਬਾਬੇ ਵਾਲੇ ਤਾੜੀ ਨਹੀਂ ਹਲੇ ਵਜੀ ਵਾਹ ਜੀ ਵਾਹ ਤਾੜੀਆਂ ਦੇ ਨਾਲ ਤੁਸੀਂ ਪਿਆਰ ਦਿੱਤਾ ਕੱਲੇ ਇਹ ਤਾੜੀ ਕਹਿ ਲਓ ਵੀ ਇੱਧਰ ਇੱਕ ਪਾਸੇ ਜਲੰਧਰ ਤੱਕ ਜਾਣੀ ਚਾਹੀਦੀ ਹੈ ਇਹ ਨੋਟ ਕਰਿਓ ਹਾਂਜੀ ਕੁਸ਼ਤੀ ਫਿਰ ਤੋਂ ਸ਼ੁਰੂ ਜਿਹੜੀ ਹੁਣ ਜਾ ਰਹੀ ਹੈ ਪਾਨਾ ਪਹਿਲਵਾਨ ਜੀ ਜੱਸਾ ਵੀਰ ਕਹਿੰਦਾ ਕੋਈ ਗੱਲ ਨਹੀਂ ਬਹਿ ਜਾਓ ਪਾਨਾ ਪਹਿਲਵਾਨ ਜੀ ਪੱਟੀ ਜਿਹੜੇ ਪੁੱਜੇ ਪ੍ਰਿਤਪਾਲ ਫਗਵਾੜਾ ਲਾਓ ਵੀ ਝੰਡੀ ਦੀ ਕੁਸ਼ਤੀ ਬੜੀ ਸਿਰੇ ਦੀ ਚੱਲਦੀ ਦੋਨਾਂ ਮੱਲਾਂ ਦੇ ਦਰਮਿਆਨ ਵੱਡਾ ਮਾਣ ਮਿਲਣਾ ਚਾਹੀਦਾ ਸਤਿਕਾਰਯੋਗ ਚਿਹਰੇ ਨੇ ਜੱਸਾ ਪੱਟੀ ਦੇ ਪ੍ਰਿਤਪਾਲ ਫਗਵਾੜੇ ਦੇ ਦਰਮਿਆਨ ਵੱਡੀ ਕੁਸ਼ਤੀ ਚੱਲਦੀ ਹੈ ਐਨ ਝੰਡੀ ਦੀ ਕੁਸ਼ਤੀ ਚੱਲਦੀ ਹੈ ਅੱਜ ਅਲਟਰੋ ਕਾਰ ਦੇ ਬੱਲੇ 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 ਸਵਾਦ ਕਹਿੰਦੇ ਬੱਜਿਆ ਪਿਆ ਆ ਰੰਗ ਬੱਜਿਆ ਪਿਆ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ ਇਹਨਾਂ ਗੱਭਰੂਆਂ ਦਰਮਿਆਨ ਹੈ ਵੀਰੇ ਤਾੜੀ ਮਾਰ ਦਿਓ ਕੁਸ਼ਤੀ ਦੇ ਲਈ ਸਿਰੇ ਦੀ ਕੁਸ਼ਤੀ ਚੱਲਦੀ ਹੈ 500 ਰੁਪਇਆ ਸਾਡੇ ਅੱਜ ਦੇ ਬਾਬਾ ਗੁਰਦਿਆਲ ਜੀ ਬੈਲਜੀਅਮ ਵਾਲੇ ਪ੍ਰਿਤਪਾਲ ਲਈ 500 ਦਾ ਮਾਨ ਸਮਾਨ ਪੁੱਛਦਾ ਕਰਦੇ ਪੈਂਦੇ ਬਾਈ ਘੁੰਮ ਫਿਰ ਕੇ ਬਾਈ ਵਿੱਚ ਕੋਈ ਨਾ ਆਇਓ ਘੁੰਮ ਫਿਰ ਕੇ ਪਾਨਾ ਪਹਿਲਵਾਨ ਜੀ ਆਪਾਂ ਕੋਈ ਵੀ ਡਿਸੀਜਨ ਨਹੀਂ ਦੇਣਾ ਕਮੇਟੀ ਵਾਰ ਵਾਰ ਬੇਨਤੀ ਕਰਦੀ ਹੈ ਚੱਲਦੀ ਤਾੜੀ ਤੁਸੀਂ ਚਾਰ ਬੰਦੇ ਚੱਕਰ ਕੀ ਹੋ ਗਿਆ ਇੱਧਰ ਆ ਜਾਓ ਤੁਹਾਡੀ
ਕੈਮਰੇ ਵਾਲੇ ਧਿਆਨ ਦਿਓ, 6 ਕੈਮਰੇ ਵਾਲੇ ਫਿਰਦੇ, ਕਿਹਦੇ ਕਿਹਦੇ ਨੂੰ ਹਟਾਈ ਜਾਓਗੇ? ਪਿਆਰ ਨਾਲ, ਪਿਆਰ ਨਾਲ, ਪਿਆਰ ਨਾਲ ਪਲੀਜ਼। ਪਹਿਲਵਾਨ ਭਾਨਾ ਪਹਿਲਵਾਨ ਜੀ ਨੂੰ ਬੇਨਤੀ ਆ, ਉਹਦੇ ਨਾਲ ਜਿੰਨੇ ਵੀ ਮੇਰੇ ਵੀਰ ਬੈਠੇ ਆ, ਜਸਵੰਤ ਭਾਜੀ ਜਿਹੜੇ ਝੰਡੇ ਕੋਲ ਬੈਠੇ ਆ, ਵਿੱਚੋਂ ਬੰਦੇ ਗੱਲਾਂ ਕਰਦੇ ਬਾਹਰ ਕਰ ਦਈਏ ਆਪਾਂ। ਬਈ 14 ਮਿੰਟ ਕਹਿੰਦੇ ਕੁਸ਼ਤੀ ਦਾ ਟਾਈਮ ਹੋ ਗਿਆ, ਤਾੜੀ ਜ਼ੋਰਦਾਰ ਮਾਰਦੇ ਸਾਡੇ ਜਸਵੰਤ ਜੀ ਜ਼ੋਰ ਜਾਣਕਾਰੀ ਦੇ ਕੇ ਗਏ ਆ। 6-8 ਦੀ ਕੁਸ਼ਤੀ ਚੱਲਦੀ, 6 ਵੱਜ ਗਏ, 8 ਮਿੰਟ ਤੇ ਕੁਸ਼ਤੀ ਦੀ ਸ਼ੁਰੂਆਤ ਹੋਈ ਸੀ, ਲਾ 22 ਮਿੰਟ ਹੋ ਗਏ। ਲਾ ਬਈ ਦੋਨਾਂ ਪਹਿਲਵਾਨ ਵੀਰਾਂ ਦੇ ਲਈ 1-2 ਜੂਕੇ ਜੀ ਵੱਲੋਂ 2-2 ਹਜ਼ਾਰ ਰੁਪਏ। ਤਾੜੀ ਜ਼ੋਰਦਾਰ ਮਾਰ ਦਿਓ, 1-2 ਜੂਕੇ ਜੀ, 2-2 ਹਜ਼ਾਰ। ਬੱਲੇ 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 ਬੱਲੇ, ਹਾਲੇ ਕੁਛ ਨੀ ਹੋਇਆ ਪ੍ਰਿੰਸੀਪਲ, ਉਹ ਕੁਛ ਨੀ ਹੋਇਆ ਪ੍ਰਿੰਸੀਪਲ, ਵਿੱਚ ਆਓ ਵਿੱਚ, ਅਜੇ ਕੁਛ ਬਾਹਰ ਬਾਹਰ ਉਹ ਬਾਈ ਵਿੱਚ, ਉਹ ਅਜੇ ਕੁਛ ਨੀ ਹੋਇਆ ਵੀਰੇ, ਅਜੇ ਕੁਛ ਨੀ ਹੋਇਆ, 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 ਕੁਛ ਨੀ ਹੋਇਆ। ਮੁਲਾਜ਼ਮਾਂ ਨੂੰ ਬੇਨਤੀ ਹੈ ਪਲੀਜ਼ ਕੁਸ਼ਤੀ ਲਈ ਤਾੜੀ ਮਾਰ ਦਿਓ ਬਸ। ਭਾਜੀ ਬਹਿ ਜਾਓ ਮੇਰੇ ਵੀਰ ਸਰ, ਪਹਿਲਾਂ ਬਾਹਰ ਹੋ ਜਾਓ ਸਾਰੇ, ਬਹਿ ਜਾਓ ਮੇਰੇ ਵੀਰ ਸਾਰੇ। ਮੈਂ ਬਾਈ ਐਵੇਂ ਨੀ, ਗੰਗਤ ਤੋਂ ਬਾਅਦ ਅੱਜ ਕੁਸ਼ਤੀ ਹੋਈ, ਕਹਿ ਲਓ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਜੋ ਤੋਂ ਹੋਇਆ ਤਾਂ ਇਹ ਗੰਗਤ ਦੀ ਧਰਤੀ ਤੇ ਉਹ ਤੋਂ ਬਾਅਦ ਦਲਾਵਰ ਪਰਬੰਧੀ ਦੀ ਕੁਸ਼ਤੀ ਮੈਸੀ 247 ਟਰੈਕਟਰ ਤੇ, ਅਗਲੇ ਸਾਲ ਜਿੱਥੇ ਚਾਹੁੰਦੇ ਟਰੈਕਟਰ ਹੈ ਇਹ ਨੋਟ ਕਰਿਓ, ਪਰ ਅੱਜ ਕਹਿੰਦੇ ਰੂਪੋਹਾਲ ਦੀ ਧਰਤੀ ਤੇ ਕੁਸ਼ਤੀ ਹੋ ਰਹੀ ਹੈ। ਹਾਂਜੀ ਹਾਂਜੀ, ਕਿਸ਼ਨ ਕੋਲ ਜਿੱਤ ਰੇਤਾ ਵਿੱਚ ਆਉਣ ਭੱਜ ਗਏ ਬਈ, ਕਿਸ਼ਨ ਕੋਲ ਜਿੱਤ ਰੇਤਾ ਬਈ, ਟਾਈਮ ਪੂਰਾ ਹੋ ਗਿਆ ਜਿੱਤੇ ਹੋਏ ਟਾਈਮ ਦੇ ਵਿੱਚ, ਤਾੜੀ ਜ਼ੋਰਦਾਰ ਮਾਰੋ ਬਈ, ਕਿਸ਼ਨ ਕੋਲ ਜਿੱਤ ਰੇਤਾ ਭੱਜ ਗਿਆ ਆਉਣ ਵਿੱਚ। ਕ੍ਰਿਸ਼ਨ ਕੋਚ ਧਲੇਤੇ ਵਾਲਾ ਸਾਡਾ ਭਰਾ ਜੇ ਵਾਸ ਹੁਣ ਆ ਗਿਆ ਜੀ, ਆ ਗਿਆ ਕ੍ਰਿਸ਼ਨ ਕੋਚ ਸਾਹਿਬ ਧਲੇਤਾ, ਉਹ ਪੁਆਇੰਟ ਜਿਹੜੇ ਨਿਗਰਾਨੀ ਰੱਖਣਗੇ ਪੁਆਇੰਟਾਂ ਦੀ, ਆ ਜਾਓ ਕੋਚ ਸਾਹਿਬ। ਪੰਜ ਮਿੰਟ ਦਾ ਸਮਾਂ ਹੈ, ਜਿਹੜਾ ਜ਼ਿਆਦਾ ਪੁਆਇੰਟ ਬਣਾਊਗਾ, ਫੜਨ ਦੇ 2 ਪੁਆਇੰਟ, ਤਰਨਦਾਜ਼ ਨਹੀਂ ਮਾਰਨਾ, ਖੇਮੇ ਨਹੀਂ ਘੁੰਮਣੇ ਤੇ ਨਗੋਟਾ ਨਹੀਂ ਫੜਨਾ, ਇਹ ਚੀਜ਼ਾਂ ਨਹੀਂ ਬਣਾਈ ਹੈ, ਫਾਉਲ ਨਹੀਂ ਕਰਨਾ, ਕੁਸ਼ਤੀ ਰੋਕਣੀ ਨਹੀਂ ਹੈਗੀ, ਲੰਗੋਟ ਨਹੀਂ ਫੜਨਾ, ਇਹ ਦੋਨੇ ਮੰਨ ਨੋਟ ਕਰ ਲੈਣ। ਐਨ ਸਿਰੇ ਦੀ ਕੁਸ਼ਤੀ ਚੱਲਦੀ ਹੋਈ, ਹਾਸੇ ਕਿਹੜੇ ਕਿਤੇ ਰੂਹ ਪੰਜਾਬੀਆਂ ਦੀ, ਸਿਰ ਦੇ ਚੁੰਨੀ ਪੱਗ ਜਾਨੋਂ ਵੱਧ ਪਿਆਰੇ ਹੁੰਦੇ ਨੇ, ਇੱਥੇ ਭਗਤ ਸਰਾਪੇ ਬਣਨਾ ਸੌਖੀ ਗੱਲ ਨਹੀਂ, ਸ਼ਰਮ ਆਜ਼ਾਦੀ ਦੇ ਲਲਕਾਰੇ ਹੁੰਦੇ ਨੇ, ਮਿਹਨਤ ਕਰਕੇ ਮੰਜ਼ਰ ਪਾਉਣੀ ਆਦੇ ਦਿਨਾਂ ਦੀ, ਤਾਂ ਹੀ ਉਹ ਚਮਕਦੇ ਜੋ ਅੰਬਰਾਂ ਦੇ ਤਾਰੇ ਹੁੰਦੇ ਨੇ, ਬਚਵਾਣੀਆਂ ਮਾਂ ਨੂੰ ਪੁੱਤ ਹੁੰਦੇ ਇੱਕੋ ਜਿਹੇ, ਜੋ ਖੇਡਾਂ ਖੇਡਦੇ ਉਹ ਜਾਨੋਂ ਵੱਧ ਪਿਆਰੇ ਹੁੰਦੇ ਨੇ। ਬੱਲੇ 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 ਬ
ਜੱਸੇ ਪੱਟੀ ਦੇ 5 ਪੁਆਇੰਟ ਹੋ ਗਏ ਸਾਡੇ ਕਿਜਾ ਜੀ ਕੋ ਹੈਲੋ ਤ੍ਰਿਤ ਹੈਲੋ ਹਾਂਜੀ ਕਿਸ਼ਨ ਕੋ ਕੁਲਵੀਰ ਜੀ ਦੱਸ ਕਿੰਨੇ ਜੀ ਬਾਹਰ ਆ ਜਾਓ ਸਾਰੇ ਬਾਹਰ ਆ ਜਾਓ ਵੀ ਸਾਰੇ ਹਾਂਜੀ ਨਾਵੇ ਕੁਸ਼ਤੀ ਬਹੁਤ ਟਾਪ ਦੀ ਚੱਲਦੀ ਹੈ ਦਲਵੀਰ ਭਾਈ ਪੁੱਛੀ ਕੀ ਡਿਸੀਜਨ ਹੈ ਬਹੁਤ ਥੋੜ੍ਹਾ ਟਾਈਮ ਬਾਕੀ ਆ 5-2 ਦਾ ਸਕੋਰ ਹੈ ਹਾਂਜੀ ਬਾਅਦ ਤਕਰੀਬਨ 20-30 ਸਕਿੰਟ ਜਿਹੜੇ 20 ਸਕਿੰਟ ਰਹਿੰਦੇ ਆ 20 ਸਕਿੰਟ ਜਿਹੜੇ ਬਾਕੀ ਹੈ ਲੈ ਚੱਲਦੇ ਹੋਏ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਭਾਈ ਤਾੜੀਆਂ ਲਾ ਦਿਓ ਆਪਣੇ ਬਟੂਏ ਮੋਬਾਈਲ ਸਾਂਭ ਕੇ ਰੱਖਿਓ ਬਹੁਤ ਵਧੀਆ ਆਉਣ ਵਾਲੇ ਸਮੇਂ ਦੇ ਚੈਂਪੀਅਨ